ਚਾਹੇ ਇੱਥੇ ਸਾਡਾ ਸਾਡਾ ਭਵਿੱਖ ਹੈ ਇਹ, ਜੇ ਅਸੀਂ ਆਪਣਾ ਭਵਿੱਖ ਨਹੀਂ ਸੁਧਾਰਿਆ ਫਿਰ ਫਾਇਦਾ ਕੀ ਹੈ। ਬਿਲਕੁਲ ਜੀ ਬਿਲਕੁਲ, ਆਪਦੇ ਹੱਥੀ ਸੇਵਾ, ਪਤਾ ਨਹੀਂ ਆਪਣੀ ਤਨਖਾਹ ਦੇ ਵਿੱਚੋਂ ਆਉਣ ਵਾਲੇ ਨੇ, ਪਤਾ ਨਹੀਂ ਗੌਰਮੈਂਟ ਵੱਲੋਂ ਆ ਰਿਹਾ, ਸਾਨੂੰ ਬਿਲਕੁਲ ਨਹੀਂ ਪਤਾ, ਪਰ ਜਦੋਂ ਵੀ ਦੇਖੋ ਗਰੀਬਾਂ ਦੀ ਝੁੱਲੀਆਂ ਦੇ ਵਿੱਚ ਹੀ ਮਿਲਦੇ ਨੇ ਸਾਨੂੰ। ਗਰੀਬ ਲੋਕਾਂ ਨੂੰ ਰਾਸ਼ਨ ਵੰਡ ਰਹੇ ਜਿਸ ਪੁਲਿਸ ਅਫਸਰ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਦਿਖਾਈ ਦੇ ਰਹੀਆਂ ਨੇ, ਇਹ ਅਫਸਰ ਸੰਗਰੂਰ ਦੇ ਥਾਣਾ ਦਿੜਬਾ ਦਾ SHO ਸੁਖਦੀਪ ਸਿੰਘ ਹੈ, ਜੋ ਆਪਣੀ ਡਿਊਟੀ ਦੇ ਨਾਲ ਨਾਲ ਉਹਨਾਂ ਗਰੀਬ ਲੋਕਾਂ ਦੇ ਘਰਾਂ 'ਚ ਰਾਸ਼ਨ ਅਤੇ ਹੋਰ ਖਾਣ ਪੀਣ ਦਾ ਸਮਾਨ ਪਹੁੰਚਾ ਕੇ ਉਹਨਾਂ ਦੇ ਭੁੱਖੇ ਢਿੱਡ ਭਰ ਰਿਹਾ, ਜਿਹੜੇ ਸਰਕਾਰ ਵੱਲੋਂ ਲਗਾਈ ਗਈ ਕਰਫਿਊ 'ਚ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋਏ ਬੈਠੇ ਨੇ ਅਤੇ ਪੈਸੇ ਨਾ ਹੋਣ ਕਰਕੇ ਉਹਨਾਂ ਦੇ ਘਰਾਂ 'ਚ ਰਾਸ਼ਨ ਵੀ ਖਤਮ ਹੋ ਚੁੱਕਿਆ। ਥਾਣੇਦਾਰ ਸੁਖਦੀਪ ਸਿੰਘ ਦੀ ਸੇਵਾ ਭਾਵਨਾ ਦੇਖ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰ ਸ਼ਹਿਰ 'ਚ ਅਜਿਹਾ ਪੁਲਿਸ ਅਫਸਰ ਹੋਣਾ ਚਾਹੀਦਾ ਹੈ, ਜੋ ਆਪਣੀ ਡਿਊਟੀ ਦੇ ਨਾਲ ਨਾਲ ਇਨਸਾਨੀਅਤ ਦੀ ਸੇਵਾ ਵੀ ਬਾਖੂਬੀ ਨਿਭਾ ਰਿਹਾ ਹੈ। ਸਮਾਜ ਸੇਵੀ ਬੰਦਿਆਂ ਨੇ, ਜਿਨ੍ਹਾਂ ਨੇ ਵੀ ਸੋਚਿਆ ਵੀ ਗਰੀਬ ਪਰਿਵਾਰਾਂ ਨੂੰ ਤਕਰੀਬਨ ਅਸੀਂ ਨੇ 16 ਪਰਿਵਾਰ ਇੱਦਾਂ ਦੇ ਕੱਢੇ ਨੇ ਜਿਨ੍ਹਾਂ ਨੂੰ ਅਤੀ ਜ਼ਰੂਰਤ ਹੈ ਰਾਸ਼ਨ ਦੀ, ਅਸੀਂ ਨੇ ਸਾਰਿਆਂ ਨੇ ਰਲ ਮਿਲ ਕੇ ਇਹ ਉਪਰਾਲਾ ਕੀਤਾ ਅਤੇ ਨੌਜਵਾਨ ਮੁੰਡੇ ਨੇ ਸਾਡੇ ਨਾਲ, ਅਤੇ ਅਸੀਂ ਜਾ ਰਹੇ ਹਾਂ ਅਤੇ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਵੀ ਰਾਸ਼ਨ ਹਰ ਇੱਕ ਨੂੰ ਮਿਲੂਗਾ, ਜੇ ਕਿਸੇ ਨੂੰ ਵੀ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਹੈ ਤਾਂ ਸਾਡੇ ਨਾਲ ਕੰਟੈਕਟ ਕਰੇ, ਅਸੀਂ ਘਰ ਬੈਠੇ ਹੀ ਉਹਨਾਂ ਨੂੰ ਰਾਸ਼ਨ ਪਹੁੰਚਾਵਾਂਗੇ। ਸਾਡੀ ਬੇਨਤੀ ਹੱਥ ਬੰਨ ਕੇ ਵੀ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ, ਕਿਰਪਾ ਕਰ। ਧਾਰਮਿਕ ਸੰਸਥਾ ਇਕੱਠੀ ਹੋ ਕੇ ਰਾਸ਼ਨ ਵੰਡ ਰਿਹਾ ਜੀ ਗਰੀਬਾਂ ਨੂੰ, 16 ਪਰਿਵਾਰਾਂ ਨੂੰ ਵੰਡ ਰਿਹਾ ਜੀ। ਇਹਦੇ 7 ਚੀਜ਼ਾਂ ਨੇ ਜੀ, ਚੌਲ, ਖੰਡ, ਲੂਣ, ਦਾਲ, ਹਰੇਕ ਰਸੋਈ ਦੀ ਸਮਾਨ ਦੀ ਚੀਜ਼ ਹੈ ਜੀ। ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰ ਰਹੇ ਹਾਂ ਪਿੰਡ ਵਾਲਿਆਂ ਨੂੰ ਵੀ ਕੋਈ ਕਿਸੇ ਪਾਸੇ ਭੱਜਣ ਦੀ ਲੋੜ ਨਹੀਂ, ਰਾਸ਼ਨ ਵਾਧੂ ਹੈ, ਜਿੰਨੇ ਜਿਨ੍ਹਾਂ ਨੂੰ ਲੋੜ ਹੋਏਗੀ ਅਸੀਂ ਉਹਨਾਂ ਨੂੰ ਜੇ ਦੇਈ ਜਾਵਾਂਗੇ ਜੀ। ਇਹ ਅਤਿ ਜ਼ਰੂਰੀ ਸੀ ਪਰਿਵਾਰ ਜੀ, 16 ਇਹਨਾਂ ਨੂੰ ਦੇ ਕੇ ਉਦੋਂ ਬਾਅਦ ਅਸੀਂ ਫਿਰ ਹੋਰਾਂ ਪਰਿਵਾਰਾਂ ਨੂੰ ਵੀ ਦੇਵਾਂਗੇ ਵੱਧ ਤੋਂ ਵੱਧ। ਤੋਂ ਸਾਡਾ ਦੇਸ਼ ਦੇ ਵਿੱਚ ਇਹ ਕਰੋਨਾ ਜੈਸੀ ਬਿਮਾਰੀ ਆਈ ਹੈ, ਲੋਕਡਾਊਨ ਕੀਤਾ, ਅਸੀਂ ਉਸ ਦਿਨ ਤੋਂ ਹੀ ਜਗਰਾਤਾ ਮੰਡਲੀ ਦੇ ਵੱਲੋਂ ਦੁੱਧ ਦੀ ਸੇਵਾ ਨਿਭਾ ਰਹੇ ਹਾਂ। ਸੇਵਾ ਨਿਭਾਉਣ ਤੋਂ ਇਲਾਵਾ ਇੱਕ ਹੋਰ ਬਿਲਕੁਲ ਸੱਚਾਈ ਦੀ ਗੱਲ ਹੈ ਕਿ ਜੋ ਦਿੜਵੇ ਦਾ SHO ਸਾਹਿਬ ਹੈ, ਮਨੁੱਖਤਾ ਦੀ ਸੇਵਾ ਦੇ ਲਈ ਦਿਨ ਰਾਤ ਇੱਕ ਕਰ ਰੱਖੀ ਹੈ। ਕਈ ਵਾਰ ਅਸੀਂ ਵੀ ਸੋਚਦੇ ਹਾਂ ਪਤਾ ਨਹੀਂ ਕਦੋਂ ਸੌਂਦੇ ਨੇਗੇ, ਜੇਕਰ ਇੱਦਾਂ ਦੇ ਅਫਸਰ ਸਾਨੂੰ ਸ਼ਹਿਰ ਦੇ ਵਿੱਚ ਮਿਲਣ ਤਾਂ ਸ਼ਾਇਦ ਕਿਸੇ ਵੀ ਚੀਜ਼ ਸਾਨੂੰ ਦਿੱਕਤ ਨਾ ਆਵੇ, ਪਰ ਅਸੀਂ ਪਰਮਾਤਮਾ ਅੱਗੇ ਵੀ ਇਹੀ ਬੇਨਤੀ ਕਰਦੇ ਕਿ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਅਤੇ ਸਾਰੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਦਾਂ ਦੇ ਅਫਸਰ ਮਿਲਣ। ਪੂਰੀ ਸ਼ਹਿਰ ਦੇ ਵਿੱਚ ਕੀ ਪੂਰੇ ਇਲਾਕੇ ਦੇ ਵਿੱਚ ਚਰਚਾ ਹੈਗੀ ਵੀ ਪਤਾ ਨਹੀਂ SHO ਸਾਹਿਬ ਰਾਤ ਨੂੰ 12 ਵਜੇ ਦੇਖੋ ਤਾਂ ਵੀ ਸੜਕਾਂ 'ਤੇ, 2 ਵਜੇ ਦੇਖੋ ਤਾਂ ਵੀ ਸੜਕਾਂ 'ਤੇ, ਵੀ ਕਿਸ ਟਾਈਮ ਸੁਣਦੇ ਨੇ, ਸਾਨੂੰ ਇਹ ਨਹੀਂ ਪਤਾ ਲੱਗਦਾ। ਬਿਲਕੁਲ ਜੀ ਬਿਲਕੁਲ, ਆਪਦੇ ਹੱਥੀ ਸੇਵਾ, ਪਤਾ ਨਹੀਂ ਆਪਣੀ ਤਨਖਾਹ ਦੇ ਵਿੱਚੋਂ ਆਉਣ ਵਾਲੇ ਨੇ, ਪਤਾ ਨਹੀਂ ਗੌਰਮੈਂਟ ਵੱਲੋਂ ਆ ਰਹੇ, ਸਾਨੂੰ ਬਿਲਕੁਲ ਨਹੀਂ ਪਤਾ, ਪਰ ਜਦੋਂ ਵੀ ਦੇਖੋ ਗਰੀਬਾਂ ਦੀ ਝੁੱਲੀਆਂ ਦੇ ਵਿੱਚ ਹੀ ਮਿਲਦੇ ਨੇ ਸਾਨੂੰ। ਉੱਥੇ ਹੀ SHO ਸੁਖਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਗਰੀਬ ਲੋਕਾਂ ਤੱਕ ਰਾਸ਼ਨ ਪਹੁੰਚਾ ਰਹੇ ਨੇ ਤਾਂ ਕਿ ਉਹਨਾਂ ਦੇ ਇਲਾਕੇ ਦਾ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ। SP ਸੰਗਰੂਰ ਸ਼੍ਰੀ ਸੰਦੀਪ ਗਰਗ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਸੀਂ ਜੋ ਸਾਡੇ ਇਲਾਕੇ ਦੇ ਵਿੱਚ ਗਰੀਬ ਪਰਿਵਾਰ ਹੈ ਉਹਨਾਂ ਨੂੰ ਆਇਡੈਂਟੀਫਾਈ ਕਰ ਰਹੇ ਹਾਂ। ਆਇਡੈਂਟੀਫਾਈ ਕਰਨ ਤੋਂ ਬਾਅਦ ਅਸੀਂ ਉਹਨਾਂ ਦੀ ਰਿਕੁਆਇਰਮੈਂਟਸ ਦੇਖਦੇ ਹਾਂ ਕਿ ਕਿਹੜੇ ਪਰਿਵਾਰ ਦੇ ਵਿੱਚ ਕਿੰਨੇ ਕਿੰਨੇ ਮੈਂਬਰ ਹੈਗੇ ਹੈ, ਕਿਹੜੇ ਪਰਿਵਾਰ 'ਚ ਬੱਚੇ ਹੈ, ਕਿੱਥੇ ਦੁੱਧ ਦੀ ਲੋੜ ਹੈ, ਕਿੱਥੇ ਦਲੀਏ ਦੀ ਲੋੜ ਹੈ, ਉਹਦੇ ਹਿਸਾਬ ਨਾਲ ਅਸੀਂ NGOs ਨੂੰ ਮੋਟੀਵੇਟ ਕਰਕੇ ਉਹ ਲੰਗਰ ਜਿਹੜਾ ਹੈਗਾ ਜਾਂ ਸੁੱਕਾ ਰਾਸ਼ਨ ਜਿਹੜਾ ਹੈਗਾ ਉਹ ਲੋਕਾਂ ਤੱਕ, ਗਰੀਬ ਜਨਤਾ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੋਰ ਕਿੰਨੇ ਕੁ ਪਿੰਡਾਂ ਦੇ ਵਿੱਚ ਕਵਰ ਕਰ ਚੁੱਕੇ ਹੋ, ਇਸ ਤਰ੍ਹਾਂ ਦੇ ਕਿਹੜੇ ਪਿੰਡਾਂ ਦੇ ਵਿੱਚ ਜਾ ਚੁੱਕੇ? ਅਸੀਂ ਕਾਫੀ ਪਿੰਡ ਕਵਰ ਕਰ ਚੁੱਕੇ ਹਾਂ ਜੀ ਅਤੇ ਆਇਡੈਂਟੀਫਾਈ ਵੀ ਕਰ ਚੁੱਕੇ ਹਾਂ, ਸਾਡੇ ਕੋਲ ਲਿਸਟਾਂ ਬਣ ਚੁੱਕੀਆਂ ਹੈਗੀਆਂ ਜਿਹੜੇ ਗਰੀਬ ਪਰਿਵਾਰ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਹੈ, ਕਿਹੜੇ ਕਿਹੜੇ ਭੱਠੇ ਦੇ ਉੱਪਰ ਜਿਹੜੀ ਬਾਹਰ ਦੀ UP ਦੀ ਬਿਹਾਰ ਦੀ ਲੇਬਰ ਬੈਠੀ ਹੈਗੀ ਹੈ,
ਅਤੇ ਕਿਹੜੀ ਕਿਹੜੀ ਫੈਕਟਰੀ ਦੇ ਵਿੱਚ ਜਿਹੜੇ ਹੈਗੇ ਆ ਮਜ਼ਦੂਰ ਬਾਹਰਲੇ ਯੂਪੀ ਬਿਹਾਰ ਦੇ ਜਿਹੜੇ ਉਹ ਠਹਿਰੇ ਹੋਏ ਹੈ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕਰਕੇ ਲਿਸਟਾਂ ਬਣਾ ਲਈਆਂ ਹੈਗੀਆਂ। ਐਨ ਜੀ ਓਜ਼ ਜਿਹੜਾ ਸਾਡਾ ਪੂਰਾ ਸਾਥ ਦੇ ਰਹੀਆਂ ਹੈਗੀਆਂ, ਸਾਡੇ ਤੱਕ ਅਪਰੋਚ ਕਰ ਰਹੀਆਂ ਹੈਗੀਆਂ, ਫਿਰ ਜਿਹੜੀ ਐਨ ਜੀ ਓ ਜਿੰਨਾ ਕੁਛ ਰਾਸ਼ਨ ਡਿਸਟ੍ਰੀਬਿਊਟ ਕਰਨਾ ਚਾਹੁੰਦੀ ਆ ਉਹਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਗਾਈਡ ਕਰ ਦਿੰਦੇ ਹਾਂ ਕਿ ਤੁਸੀਂ ਕਿਹੜੀ ਫੈਕਟਰੀ 'ਤੇ ਕਿਹੜੇ ਭੱਠੇ 'ਤੇ ਜਿਹੜਾ ਰਾਸ਼ਨ ਡਿਸਟ੍ਰੀਬਿਊਟ ਕਰਕੇ ਆਉਣਾ। ਸਾਡੀ ਕੋਸ਼ਿਸ਼ ਹੈਗੀ ਹੈ ਕਿ ਕਿਸੇ ਵੀ ਗਰੀਬ ਦਾ ਪਰਿਵਾਰ ਦਾ ਜਿਹੜਾ ਚੁੱਲ੍ਹਾ ਠੰਡਾ ਨਾ ਹੋਵੇ, ਉਹਦੇ ਤੱਕ ਰਾਸ਼ਨ ਪਾਣੀ ਜਿਹੜਾ ਪਹੁੰਚਦਾ ਰਹੇ। ਜੇਕਰ ਸਾਰੇ ਪੁਲਿਸ ਮੁਲਾਜ਼ਮ ਆਪਣੇ ਦਿਲਾਂ 'ਚ ਅਜਿਹੀ ਸੇਵਾ ਭਾਵਨਾ ਵਾਲੀ ਸੋਚ ਰੱਖਣ ਲੱਗ ਪੈਣ ਤਾਂ ਕਰੋਨੇ ਜਿਹੀ ਕੁਦਰਤੀ ਆਫ਼ਤ ਆਉਣ 'ਤੇ ਦੇਸ਼ ਦਾ ਕੋਈ ਵੀ ਵਿਅਕਤੀ ਭੁੱਖਾ ਨਹੀਂ ਮਰੇਗਾ ਅਤੇ ਨਾ ਹੀ ਬਾਹਰਲੇ ਸੂਬਿਆਂ ਤੋਂ ਪੰਜਾਬ ਆ ਕੇ ਕੰਮ ਕਰਨ ਵਾਲੇ ਪ੍ਰਵਾਸੀ ਪੰਜਾਬੀ ਪੰਜਾਬ ਛੱਡ ਕੇ ਆਪਣੇ ਘਰ ਜਾਣ ਲਈ ਮਜਬੂਰ ਹੋਣਗੇ, ਜੋ ਹੁਣ ਸੜਕਾਂ 'ਤੇ ਵੱਡੇ ਕਾਫਲਿਆਂ ਦੇ ਰੂਪ 'ਚ ਭੁੱਖਮਰੀ ਤੋਂ ਤੰਗ ਆ ਕੇ ਆਪੋ ਆਪਣੇ ਘਰਾਂ ਨੂੰ ਪੈਦਲ ਹੀ ਤੁਰੇ ਹੋਏ ਨੇ। ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਮਨਿੰਦਰ ਸਿੰਘ ਦੀ ਰਿਪੋਰਟ।